ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਸੋਨੂ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਅਤੇ ਤਿੰਨੇ ਤੁਹਾਨੂੰ ਜਿਹੜੇ ਆ ਚੰਗੇ ਰਿਕਾਰਡ ਵਾਲੇ ਸੱਜਰਾਂ ਨੇ, ਜਿਨ੍ਹਾਂ ਚੰਗਾ ਦੁੱਧ ਭਰਿਆ ਵਾ। ਇੱਕ ਆ ਬੂਰੀ ਮੱਝ, ਬੂਰੀ ਝੋਟੀ ਤੁਹਾਨੂੰ ਦਿਖਾਉਣੀ ਆ ਅਤੇ ਮਗਰ ਵੀ ਬੂਰੀ ਕੱਟੀ ਆ, ਦੇਖ ਸਕਦੇ ਜੇ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਸਭ ਵਧੀਆ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਸੋਨੂ ਵਾਲਾ ਜਿਲ੍ਹਾ। ਅਤੇ ਫੋਨ ਨੰਬਰ ਬੋਲ ਦਿਓ ਕਰੀ। 9165657। ਠੀਕ ਹੈ ਜੀ। ਅੱਜ ਬੂਰੀ, ਫਿਰ ਝੋਟੀ ਬੂਰੀ ਕੱਟੀ? ਠੀਕ ਹੈ, ਪਹਿਲਾਂ ਇਹੀ ਵਿਖਾ ਦਈਏ ਫਿਰ। ਚਲੋ ਪਹਿਲਾਂ ਬੈਠ ਹੀ ਵਿਖਾ ਦਈਏ ਫਿਰ। ਰੰਗ ਰੂਪ ਦੀ ਕਾਫੀ ਸੋਹਣੀ ਆ, ਆਹ ਦੇਖ ਸਕਦੇ। ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਦੇਖ ਸਕਦੇ, ਤੇ ਹਵਾਨਾ ਵੀ ਦੇਖ ਸਕਦੇ ਜਿਹੜਾ ਲਾਗੇ ਤੋਂ। ਦੱਸਿਆ ਵੀ ਇਹਦੇ ਬਾਰੇ? ਇਹ ਵੀ ਜੀ ਪਹਿਲਾ ਸੂਆ ਜੀ। ਅੱਛਾ, ਸੂਈ ਨੂੰ ਕੋਈ ਨੂੰ 6-7 ਮਹੀਨੇ, 6 ਮਹੀਨੇ ਹੋ ਗਏ ਆ। ਅੱਛਾ ਹਾਂਜੀ, ਤੇ ਹੁਣ ਦੋ ਇਹ ਸੱਜਣ ਦੇ ਭਾਈ 18-18 ਕਿਲੋ ਭਰਿਆ ਦੁੱਧ। ਅੱਛਾ, 18 ਕਿਲੋ ਪਹਿਲੇ ਸੂਏ ਹੋਣੀ, ਮੇਰਾ ਪਹਿਲਾ ਸੂਆ ਐਰਕਾ ਜੀ। ਅੱਛਾ, ਤੇ ਹੁਣ ਤੇ ਮਨ ਤੋਂ ਕੋਲੇ ਤੁਹਾਨੂੰ ਪਤਾ ਵਾ। ਠੀਕ ਹੈ, ਉਹ ਵੀ ਦੁੱਧ ਕੋ 7 ਕਿਲੋ ਹੋਗਾ। 7 ਕਿਲੋ ਹੈਗਾ ਪੱਕਾ ਦੁੱਧ? 7 ਕਿਲੋ ਲੀਟਰ ਵਾਲਾ ਗਾਂ, ਇਹਨੂੰ ਮਤਲਬ ਮਹੀਨੇ ਡੇਢ ਕਿਲੋ ਬਣੀ ਨੂੰ ਹੋ ਗਿਆ ਵਾ। ਅੱਛਾ, ਉਹ ਸਾਰੀ ਉਹ ਆ ਵੀ ਇਹਨਾਂ ਕੋ ਆਈ ਹੈ ਤੇ ਉਹ ਵੀ ਉਹਨਾਂ ਕੋ ਬੈਠ ਆਈ ਹੈ। ਅੱਛਾ, ਕੀ ਕਰਵਾਈਆਂ ਦੋਵੇਂ? ਠੀਕ ਹੈ, ਬੇਟਾ ਚਲ ਗਿਆ ਬਾਹਰ। ਅੱਛਾ, ਮੈਂ ਸਾਰੇ ਨੂੰ ਵੇਚ ਦਿੱਤੇ ਮੈਨੇ। ਠੀਕ ਹੈ ਜੀ, ਬਾਕੀ ਲਿਆ ਖੋਲੋ ਹਾਂ ਫਿਰ ਤੋਰੀ। ਹਾਂ, ਦੇਖ ਸਾਡੇ ਸੂਆ ਜਿਹੜਾ ਇਹਦਾ ਪਹਿਲਾਂ ਹੀ ਦੱਸਦੇ ਆ, ਦੰਦੋ ਵੇਖੀ ਜੇ ਕਿਸ ਤਰ੍ਹਾਂ। ਅੱਛਾ, ਦੰਦੋ 4 ਦੰਦ ਆ। ਲਿਆ ਫਿਰ ਦਿਖਾ ਦਈਏ। ਹਾਂ ਦੇਖ ਸਕਦੇ ਜੇ, ਪਿਓਰ 4 ਦੰਦ ਜੇ, 4 ਦੰਦ ਪੂਰੇ ਬਰਾਬਰ ਵੀ ਨਹੀਂ ਕੀਤੇ ਇਹਨੇ, ਬਰਾਬਰ ਦਹੀ ਆ ਕਰਨ। ਤੇ ਪਹਿਲੇ ਸੂਵੇ ਜਿਹੜਾ 18 ਲੀਟਰ ਦੁੱਧ ਜਿਹੜਾ ਕਹਿੰਦੇ ਕਹਿੰਦੇ ਚਵਾਇਆ। ਹਾਂ ਦੇਖ ਸਕਦੇ ਜੀ, ਬਾਕੀ ਕੱਦ ਬਹੁਤਾ ਉੱਚਾ ਨਹੀਂ ਆ। ਠੀਕ ਆ, ਠੀਕ ਆ ਜੀ, ਲੈ ਜਾ ਫਿਰ। ਮੌਕੇ ਦੇ ਦੁੱਧ ਇਹਦੇ ਕੋਲ 7 ਲੀਟਰ ਦੱਸਦੇ ਆ, ਬਾਕੀ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ। ਗਾੜੀ ਮੌਸਮ ਵੀ ਚੰਗਾ, ਪੂਰੀ ਝੋਟੀ ਅਗੇ ਤੁਹਾਨੂੰ ਦਿਖਾਉਣੀ ਆ, ਚਿਹਰੇ ਦੀ ਵੀ ਸੋਹਣੀ ਆ ਤੇ ਸਿੰਗਾਂ ਦੀ ਵੀ ਜਿਹੜੀ ਸੋਹਣੀ ਆ, ਸ਼ਾਈਨ ਸ਼ੂਨ ਜਿਹੜੀ ਇਹਦੀ ਚੰਗੀ ਆ। ਕਿਨਵਾ ਸੂਆ ਜੀ ਵਿਧੀ? ਪਹਿਲਾ ਹੀ ਸੂਆ ਆ। ਹਾਂ ਦੇਖ ਸਕਦੇ, ਥਾਣੇ ਦੇ ਵੀ ਲਾਗੇ ਤੋਂ। ਸੂਈ ਨੂੰ ਕਿੰਨਾ ਕੁ ਚਿਰ ਹੋ ਗਿਆ ਜੀ? ਲਾ ਲਓ 10-12 ਦਿਨ ਹੋ ਗਏ ਕੱਟੀ ਜੀ। ਹਾਂ ਕੱਟੀ ਜਿਹੜੀ ਇਹਦੀ, ਵੱਧ ਵੀ ਹੋ ਸਕਦੇ, ਚਲੋ 2-4 ਦਿਨ। ਤੇ ਕਿੰਨਾ ਜਿਹਦੇ ਕੋਲ ਦੁੱਧ? 6 ਕਿਲੋ ਹੀ ਆ। ਅੱਛਾ, ਹਾਂ 6 ਕਿਲੋ ਦੁੱਧ ਹੈਗਾ। 8-9 ਕਿਲੋ ਕਹਿ ਦਈਏ, ਮੁੜੇ ਕੋਈ ਵੀਰ ਭਰਾ ਜਾ ਕੇ ਚੋਵੇ ਫਿਰ ਨਹੀਂ ਸਹੀ ਲੱਗੀਦਾ। ਅੱਛਾ, 6 ਕਿਲੋ ਪੱਕਾ ਦੁੱਧ ਹੈਗਾ ਜੀ। ਆਹ ਬੜਾ ਡਿੰਗੀ ਜਾਂਦੀ ਜੀ ਅੱਜ। ਇਹ ਵੀ ਮਤਲਬ ਕੱਲ ਦੀ ਆਈ ਹੈ ਤੇ ਦੁੱਧ ਕੋਈ ਵੀਰ ਕੋ ਜਿਆਦਾ ਵੀ ਦੱਸ ਦੇ ਬਾਅਦ ਚ ਦਾ ਵੀ। ਅੱਛਾ, ਲਿਆ ਫਿਰ ਤੋਰ ਦੋ। ਚਲੋ ਫਿਰ ਪਹਿਲਾਂ ਧਾਰਾ ਦਿਖਾ ਦੀ, ਫੇਰ ਹੀ ਤੋਰ ਕੇ। ਲੈ ਜਾ ਲੈ ਜਾ, ਬਾਕੀ ਹੈਗੀ ਨੀਲੀ ਦੀ ਵੀ ਆ, ਨਿਸ਼ਾਨੀਆਂ ਜਿਹੜੀਆਂ ਉਹ ਵੀ ਹੈਗੀਆਂ। ਆਹ ਦੇਖ ਸਕਦੇ, ਪਿੱਛੇ ਵੀ ਨਿਸ਼ਾਨ ਹੈਗਾ ਅਤੇ ਪਿਛਲੇ ਪੈਰ ਵੀ ਜਿਹੜੇ ਚਿੱਟੇ ਆ। ਇੱਕ ਵਾਰੀ ਪਸਮਾ ਕੇ ਤੁਹਾਨੂੰ ਦਿਖਾ ਦਿੰਦੇ ਹੁਣੇ। ਆਹ ਬੱਚਾ ਕੋਈ ਆਪਣੇ ਹਿਸਾਬ ਨਾਲ ਵੇਖ ਲੈ। ਹਾਂ ਦੇਖ ਸਕਦੇ ਜੀ, ਬੱਚੇ ਨੂੰ ਜਿਹੜਾ ਬੰਨਤਾ ਸਾਈਡ ਤੇ। ਹਾਂ ਦੇਖ ਸਕਦੇ, ਥਾਣੇ ਦੇ ਲਾਗੇ ਤੋਂ ਸਾਡੇ ਥਾਣੇ ਦੇ ਤੇ ਆ ਚਵਾ ਜਿਹੜਾ ਪਿਛਲੇ ਥਾਣਾ ਦਾ ਦੇਖ ਸਕਦੇ ਜੀ। ਅਗਲੇ ਥਾਣਾ ਦਾ ਚਵਾ ਦਿਖਾ ਦੋ ਵੀਰ ਜੀ। ਹਾਂ
ਚੋਂਚ ਬੜੀ ਨਿਗਲ ਜੇ ਮੈਂ ਪਹਿਲਾਂ ਦੱਸ ਦਿਆਂਗਾ ਨਾ ਠੀਕ ਹੈ ਜੀ ਹਾਂ ਮੁਰ ਜਿਹੜਾ ਕੋਈ ਵੀਰ ਭਰਾ ਕਵੇ ਲੈ ਚੋਂਚ ਪੈ ਰਿਆ ਠੀਕ ਹੈ ਜੀ ਬਾਕੀ ਆਹ ਦੇਖ ਸਕਦੇ ਜੀ ਲਿਆ ਫਿਰ ਦੱਸੀ ਇਹਦਾ ਮੁੱਲ ਮੁੱਲ ਆਪਾਂ ਚੌਂਚ ਜਿਹੜੀ ਥੋੜੀ ਕਿ ਟੈਟ ਦੱਸਦੇ ਆ ਹਾਂ ਉਹ ਤੇਰ ਤੋਂ ਦਿੱਤਾ ਕਰ ਬੜਾ ਨਗਰ ਹੋਇਲਾ ਪੋਲਾ ਹਾਂਜੀ ਹਾਂਜੀ ਆਹ ਵੇਖ ਇਧਰ ਮਾਰ ਦੋ ਸਾਰ ਬਾਕੀ ਹਲੇ ਜੇ ਤਰ ਆਈ ਆ ਕੋਈ ਲੈ ਜਾਊਗਾ ਸੈੱਟ ਕਰਨ ਵਾਲਾ ਤੇ ਬਾਕੀ ਤਾਂ ਉਹ ਤੇਲ ਤੋਂ ਦੇ ਦਈਏ ਸ਼ਾਦਰ ਕੋਲ ਨਿੰਬੂ ਨੂੰ ਪੋਲੀ ਹੋਈ ਦੀ ਆ ਹਾਂਜੀ 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 ਬਾਕੀ ਚੌਂਚ ਥੋੜੀ ਕਿ ਬਾਕੀ ਹੈਗੀ ਆ ਠੀਕ ਹੈ ਜੀ ਹੁਣ ਜਿਹੜੀ ਕੰਡ ਤੇ ਰਹਿ ਗਈ ਆ ਉਦੋਂ ਦਾ ਜਿਹੜੀ ਵਾਹਵਾ ਡਿੰਗੀ ਜਾਂਦੀ ਆ ਇਹ ਵੀ ਨਾ ਜੀ ਨਹੀਂ ਲਾਉਂਦੀ ਇਹ ਖਾਲੀ ਇਹ ਚਾਰ ਅੱਛਾ ਜੀ ਪੁਲੀ ਵੇਲੋ ਕਿੱਡੀ ਜੀ ਠੀਕ ਆ ਜੀ ਸਾਂਭੀ ਸੁੰਭੀ ਤੇ ਚੰਗੀ ਵੇਖਣ ਉਹਦੇ ਚੰਗੀ 33 ਕਿਲੋ ਦੁੱਧ ਭਾਦੀ ਦੀ 30 25 ਕਿਲੋ ਦੇ ਅੱਛਾ ਸਿਰਫਾ ਤਾਂ ਬਈ ਵੱਡੀਆਂ ਗਾਵਾਂ ਨਾ ਕਈ ਆਪਾਂ ਨੂੰ ਦੱਸਾਂ ਚੋ ਕਿਸੇ ਦੇ ਕਰਮਾਂ ਨੂੰ ਕਈਆਂ ਦੇ ਕਰਮਾਂ ਨਹੀਂ ਕਈ ਬੰਦੀਆਂ ਨਹੀਂ ਆ ਹਾਂਜੀ ਹਾਂਜੀ ਕਈ ਦੇ ਵੇਚ ਦੇ ਮਤਲਬ ਇਹਨੂੰ ਨੁਕਸ ਵੀ ਨਹੀਂਗਾ ਕਰਮਾਂ ਦੀ ਗੱਲ ਹੁੰਦੀ ਕੁੜੀ ਜੀ ਠੀਕ ਆ ਇਹ ਗੱਲ ਆ ਤੇਰ ਕੌਣ ਕਿੰਨਾ ਦੁੱਧ ਮੁੱਕੇ ਤੇ ਦੇਖੋ ਦੁੱਧ ਹੁਣ ਭਾਈ 7 ਤੋਂ ਬਾਹਰ ਹੋਊਗਾ ਅੱਛਾ ਤਾਂ ਕਹੇ 10 ਕਿਲੋ ਠੀਕ ਹੈ ਸਾਡੇ ਕੋਲ ਕੱਲ ਦਾ ਆਇਆ ਜੀ ਨਹੀਂ ਲਾਇਆ ਡਿੱਗੀ ਜਾਂਦੀ ਆ ਅੱਛਾ ਦੁੱਧ 10 ਕਿਲੋ ਹੀ ਪਰ ਹੋਰ ਦੁੱਧ ਕੋ 7 ਕਿਲੋ ਹੋਊਗਾ ਲਿਆ ਫਿਰ ਤੋਰੋ ਹੈ ਨਵੇਂ ਇੱਕ ਦਾ ਲੀਟਰ ਦਾ ਦੁੱਧ ਹੋਊਗਾ ਦਿੱਲੀ ਤੁਹਾਡੇ ਸਾਹਮਣੇ ਐਡਿੰਗ ਨਹੀਂ ਬਾਕੀ ਉਦੋਂ ਦਾ ਵੀਡੀਓ ਚ ਵੀ ਡਿੰਗੀ ਜਾਂਦੀ ਆ ਬਸ ਹਾਂ ਇਹ ਦੋਵੇਂ ਇੱਕੇ ਕਰਵਾਈਆਂ ਗਾਵਾਂ ਅੱਛਾ ਜੀ ਗਾਵਾਂ ਉਹ ਵੀ ਚੰਗੀ ਵਛੀ ਇਹ ਵੀ ਚੰਗੀ ਇਹ ਵੀ ਪਲੀ ਪੁਲੀ ਵੇਲੋ ਕਿਤੀ ਲਿਆ ਫਿਰ ਲੈ ਜਾ ਉਧਰ ਨੂੰ ਸਾਂਭੀ ਸੁੰਭੀ ਇਹ ਵੀ ਚੰਗੀ ਰੀਜਨਾ ਵਾ ਪੂਰੀ ਰਾਜੀ ਆ ਜਿਹੜੀ ਇਹ ਵੀ ਲੈ ਦੁੱਧ 30 ਕਿਲੋ ਭਾਜੀ ਜੀ ਚਲੋ ਹੁਣ ਇਹਨੂੰ ਵੀ ਬਣੀ ਨੂੰ ਅਗਲੇ ਤੇ ਉਹ ਤਾਂ ਦੇ ਭਾਜੀ ਨੂੰ ਵੀ ਭਾਜੀ ਨੂੰ ਹੋ ਜੇ ਬਣੀ ਨੂੰ ਠੀਕ ਹੈ ਜੀ ਜੇ ਕਿਸੇ ਕਰਮਾਂ ਨੂੰ ਨਿਕਲਾ ਵੇ ਦੋ ਗਲਾਂ ਦੇ ਕਰਾਈ ਫਿਰ ਗਈ ਆ ਅੱਛਾ ਦੋ ਵਾਰੀ ਪਹਿਲਾਂ ਨਹੀਂ ਬਣੀ ਤੇ ਹੁਣ ਫੇਰ ਤੀਸਰੀ ਵਾਰੀ ਟੀਕਾ ਭਰਾਇਆ ਅੱਜ ਦੀ ਗੱਲ ਆਇਆ ਕਦੇ ਅੱਛਾ ਜੀ ਚਲੋ ਖਲੋ ਹੀ ਜਾਵੇ ਸ਼ਾਇਦ ਭਾਵੇਂ ਤੇ ਇਹਦਾ ਕੀ ਮੁੱਲ ਜੇ ਫਿਰ ਇਹ ਦੇ ਦਾਂਗੇ 15000 ਦੀ ਬਾਈ 15000 ਦੀ ਦੇ ਦੋਗੇ ਮੌਕੇ ਤੇ ਕਰ ਦੋਗੇ ਮਾਨੋਰ ਕਰ ਦਾਂਗੇ 14 ਦੀ ਕਰ ਦਾਂਗੇ ਦੇ ਦਾਂਗੇ ਅੱਛਾ ਜੀ ਹਾਂ ਠੀਕ ਹੈ ਪਰ ਗਾਂ ਭਾਜੀ ਹੁਣ ਵੀ ਛਟਾਲੇ ਗਾਂ ਆ ਗਏ ਨਾ ਠੀਕ ਹੈ ਉਹ ਤੇ ਫਿਰ ਇਹਨੇ 15 16 ਕਿਲੋ ਕਰ ਉਹਨਾਂ ਦੇ ਠੀਕ ਹੈ ਜੀ ਚਾਲੇ ਦਾ ਗਾਂ ਛਟਾਲੇ ਮੌਸਮ ਠੰਡਾ ਆ ਜਾ ਗਾਂ ਹਾਂਜੀ ਹਾਂਜੀ ਚਾਲੇ ਇਹਦਾ ਦੁੱਧ ਜਿਹੜਾ ਇਹਨਾਂ ਗਾਵਾਂ ਨੇ ਹਾਂਜੀ ਹਾਂਜੀ ਉਹ ਜਿਹੜੀ 5 ਕਿਲੋ ਵਾਲੀ ਉਹਨੇ 10 ਕਿਲੋ ਚੱਲ ਜਣਾ ਠੀਕ ਹੈ ਉਹ ਤੇ ਛਟਾਲੇ ਜਾਮ ਲੱਗ ਵੱਜ ਜਾਂਦੇ ਆ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਭਰਾ ਮੈਂ ਛੋਟੀ ਬਾਤ ਫਿਰ ਕਹਿ ਦੇਣਾ ਵਾ ਛੋਟੀ ਦਾ ਮਾੜੀ ਜੀ ਚੋਂਦ ਥੋੜੀ ਨਿਕਲ ਰਿਹਾ ਆਪਾਂ ਫੇਰ ਦੱਸ ਦੇਣੇ ਮੇਰਾ ਵੀਰ ਭਰਾ ਠੀਕ ਹੈ ਜਿੰਨੇ ਵੀ ਸਾਈ ਬਣੀ ਆਪਣੀ ਸੋਚ ਸਮਝ ਕੇ ਆਪਣਾ ਆਪਣਾ ਵੇਖ ਕੇ ਚੰਗੀ ਤਰ੍ਹਾਂ ਫੇਰ ਹੀ ਕਰੇ ਸਾਈ ਬਣ ਕੇ ਕੋਈ ਮੇਰਾ ਵੀਰ ਕਹੇ ਨਿਕ ਚੋਂਦ ਅੱਛਾ ਜੀ ਕੋਈ ਨਹੀਂ ਬਾਕੀ ਸਮਾਜ ਕੋਲ ਮਾਰ ਦਿੰਦੀ ਹੈ ਠੀਕ ਹੈ ਜੀ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ